ਲਓ ਜੀ ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਜਤਿੰਦਰ ਹੋਰੀ ਨੇ ਜਲੰਧਰ ਤੋਂ, ਔਰ ਮੈਂ ਜਿਸ ਤਰ੍ਹਾਂ ਹਮੇਸ਼ਾ ਇਹ ਜ਼ਿਕਰ ਕਰਦਾ ਹੀ ਹੁੰਦਾ ਕਿ ਅਸੀਂ ਤੁਹਾਨੂੰ ਠੀਕ ਉਸ ਜਗ੍ਹਾ 'ਤੇ ਲੈ ਕੇ ਜਾਂਦੇ ਹਾਂ ਜਿੱਥੋਂ ਦੀ ਕੋਈ ਖਬਰ ਹੋਵੇ। ਤੋ ਰਾਹੁਲ ਗਾਂਧੀ ਦਾ ਪਹਿਲਾਂ ਅੰਮ੍ਰਿਤਸਰ ਆਉਣਾ, ਨਤਮਸਤਕ ਹੋਣਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਸ ਤੋਂ ਬਾਅਦ ਜਲੰਧਰ ਦੇ ਵਿੱਚ ਉਹਨਾਂ ਦੀ ਇੱਕ ਵਰਚੁਅਲ ਰੈਲੀ ਸੀ ਜਿਹਦੀ ਕੁਛ ਝਲਕ ਤੁਹਾਨੂੰ ਅਸੀਂ ਸੁਣਾਈ ਵੀ ਹੈ ਥੋੜ੍ਹੀ ਦੇਰ ਪਹਿਲਾਂ ਕਿ ਕਿਸ ਤਰ੍ਹਾਂ ਚੰਨੀ ਸਾਹਿਬ ਕਹਿ ਰਹੇ ਆ ਕਿ ਸਾਡੀ ਆਪਸ ਦੇ ਵਿੱਚ ਕੋਈ ਵੀ ਜਿਹੜੀ ਰੰਜਿਸ਼ ਨਹੀਂ, ਕੋਈ ਆਪਸ ਦੇ ਵਿੱਚ ਸਾਡੇ ਵਖਰੇਵਾਂ ਨਹੀਂ। ਪਰ ਜੋ ਨਵਜੋਤ ਸਿੰਘ ਸਿੱਧੂ ਕਹਿ ਰਹੇ ਹੈ, ਔਰ ਉਹ ਵੀ ਫਿਰ ਰਾਹੁਲ ਗਾਂਧੀ ਦੀ ਹਾਜ਼ਰੀ ਦੇ ਵਿੱਚ, ਕਿ ਸਪਸ਼ਟ ਕਰ ਦਿਓ ਕਿ ਕੌਣ ਹੋਏਗਾ ਚਿਹਰਾ, ਲੋਕ ਪੁੱਛਦੇ ਹੈ, ਲੋਕ ਜਾਣਨਾ ਚਾਹੁੰਦੇ ਹੈ। ਤੋ ਇੱਕ ਤਰੀਕੇ ਨਾਲ ਪ੍ਰੈਸ਼ਰ ਦੇ ਵਿੱਚ ਹਨ ਰਾਹੁਲ ਗਾਂਧੀ ਕਿ ਕਰਨ ਤਾਂ ਕੀ ਕਰਨ। ਤੋ ਗੱਲ ਜਿਹੜੀ ਆ ਕੇ ਰੁਕ ਗਈ ਹੁਣ ਦੋਵਾਂ ਵਿਅਕਤੀਆਂ ਉੱਤੇ, ਕਿਉਂਕਿ ਜਾਖੜ ਸਾਹਿਬ ਤਾਂ ਇਹਦੇ 'ਚੋਂ ਬਾਹਰ ਹੋ ਗਏ, ਪਰ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਕਿੱਧਰ ਨੂੰ ਬੈਠੇਗਾ ਜਿਹੜਾ ਇਹ ਜਿਹੜਾ ਤੱਕੜੀ ਦੇ ਕਹਿੰਦੇ ਨਾ ਜੀ ਦੋ ਹੁੰਦੇ ਆ ਪੁੜ, ਅਤੇ ਕਿੱਧਰ ਨੂੰ ਜਾ ਕੇ ਗੱਲ ਮੁੱਕੇਗੀ ਇਹ ਆਪਣੇ ਆਪ ਦੇ ਵਿੱਚ, ਕਿੱਧਰ ਨੂੰ ਪਾਸਾ ਨੀਵਾਂ ਅਤੇ ਕਿੱਧਰ ਨੂੰ ਉੱਚਾ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਲੈਂਦੇ ਹਾਂ ਅਸੀਂ ਜਤਿੰਦਰ ਹੋਰਾਂ ਤੋਂ। ਸਾਡੇ ਨਾਲ ਜੁੜੇ ਹੋਏ ਨੇ ਬੜੇ ਹੀ ਸੀਨੀਅਰ ਪੱਤਰਕਾਰ ਨੇ ਜਾਗਰਣ ਗਰੁੱਪ ਦੇ, ਔਰ ਉਹ ਅੱਜ ਅਸੀਂ ਪਹਿਲੀ ਵਾਰੀ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਜਤਿੰਦਰ ਜੀ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ ਹਾਂਜੀ, ਵੈਲਕਮ ਜੀ, ਧੰਨਵਾਦ ਜੀ। ਅੱਛਾ, ਸਾਨੂੰ ਦੱਸੋ, ਆਏ ਸੀ ਰਾਹੁਲ ਗਾਂਧੀ ਹੋਰੀ, ਆਏ ਤਾਂ ਸੀ ਏਕਤਾ ਹੋ ਜਾਏ ਆਪਸ ਦੇ ਵਿੱਚ, ਕਾਂਗਰਸ ਦੀ ਜਿਹੜੀ ਕਿੱਕ ਸਟਾਰਟ ਹੋ ਜਾਏ, ਕੰਪੇਨ ਮੁਹਿੰਮ ਸ਼ੁਰੂ ਕੀਤੀ ਜਾਏ, ਚੋਣ ਮੁਹਿੰਮ। ਤੋ ਕਿੱਦਾਂ ਦਾ ਰਿਹਾ ਜਲੰਧਰ ਵਿੱਚ, ਕੀ ਮਾਹੌਲ ਰਿਹਾ? ਦੇਖੋ ਜੀ, ਜਿਹੜੀ ਉਹਨਾਂ ਨੇ ਜਿਹੜੀ ਅਸਲ ਚ ਲੋਕਾਂ ਨੂੰ ਜਿਹੜੀ ਜਾਂ ਉਹਨਾਂ ਦੇ ਪਾਰਟੀ ਦੇ ਵਰਕਰਾਂ ਨੂੰ ਉਮੀਦ ਸੀਗੀ ਕਿ ਰਾਹੁਲ ਗਾਂਧੀ ਜਿਹੜਾ ਅੱਜ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਜਾਣਗੇ। ਉਹਦੇ ਵਿੱਚ ਜਿਹੜਾ ਸ਼ੁਰੂਆਤ ਜੀ ਜਦੋਂ ਆਪਣੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਹਨਾਂ ਦਾ ਸਵਾਗਤ ਕੀਤਾ, ਤੇ ਉਹਦੇ ਵਿੱਚ ਹੀ ਉਹਨਾਂ ਨੇ ਇਹ ਮੰਗ ਰੱਖ ਦਿੱਤੀ ਵੀ ਅੱਜ ਜਿਹੜਾ ਵੀ ਪਾਰਟੀ ਜਿਹੜੀ ਆ ਉਹਦਾ ਚਿਹਰਾ ਜਿਹੜਾ ਮੁੱਖ ਮੰਤਰੀ ਦਾ ਐਲਾਨੇ। ਉਹਨਾਂ ਨੇ ਤਿੰਨ ਸਵਾਲ ਕੀਤੇ ਜੀ, ਸਾਰੇ ਪੰਜਾਬ ਦੇ ਲੋਕ ਜਿਹੜੇ ਆ ਸਾਨੂੰ ਤਿੰਨ ਸਵਾਲ ਕਰਦੇ ਆ ਵੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ, ਪੰਜਾਬ ਨੂੰ ਇਸ ਸਮੱਸਿਆ ਜਿਹੜੀ ਕਰਜ਼ੇ ਚੋਂ ਜਾਂ ਮੌਜੂਦਾ ਜੋ ਸੰਕਟ ਆ ਉਹਦੇ ਚੋਂ ਕੌਣ ਕੱਢੂਗਾ, ਤੇ ਉਹ ਕੱਢਣ ਵਾਲਾ ਚਿਹਰਾ ਕਿਹੜਾ ਹੋਏਗਾ ਇਹ ਕਲੀਅਰ ਕਰਕੇ ਜਾਓ। ਇਹਦਾ ਮਤਲਬ ਵੀ ਉਹ ਚਾਹੁੰਦੇ ਸੀਗੇ ਵੀ ਅੱਜ ਪਤਾ ਲੱਗ ਜਾਏ ਵੀ ਮੇਰਾ ਨਾਂ ਐਲਾਨਿਆ ਜਾਂਦਾ ਕਿ ਚੰਨੀ ਦਾ ਨਾਂ ਐਲਾਨਿਆ ਜਾਂਦਾ। ਇਸ ਤੋਂ ਬਾਅਦ ਜਦੋਂ ਚੰਨੀ ਹੋਰਾਂ ਦੀ ਵਾਰੀ ਆਈ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ, ਤੇ ਦੋਵਾਂ ਲੀਡਰਾਂ ਨੇ ਇਹ ਦਾਅਵਾ ਵੀ ਕੀਤਾ ਵੀ ਸਾਨੂੰ ਜਿਹੜਾ ਜੀ ਜੋ ਫੈਸਲਾ ਹੋਊਗਾ ਹਾਈ ਕਮਾਂਡ ਦਾ ਉਹ ਸਾਨੂੰ ਮਨਜ਼ੂਰ ਹੋਏਗਾ, ਤੇ ਅਸੀਂ ਜਿਹੜਾ ਆ ਵੀ ਉਹ ਜਿਹੜਾ ਵੀ ਲੀਡਰ ਕੋਈ ਚਿਹਰਾ ਆਊਗਾ ਉਹਦੇ ਨਾਲ ਮਿਲ ਕੇ ਕੰਮ ਕਰਾਂਗੇ। ਜਦੋਂ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਆ ਈਵਨ ਕਿ ਇਹਦੇ ਵਿੱਚ ਜਿੱਦਾਂ ਆਪਣੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਕਹਿਤਾ ਵੀ ਮੈਨੂੰ ਕਾਂਗਰਸ ਪ੍ਰਧਾਨ ਨੂੰ ਕਿਤੇ ਦਰਸ਼ਨੀ ਘੋੜਾ ਬਣਾ ਕੇ ਨਾ ਰੱਖ ਦਿਓ। ਉੱਥੇ ਹੀ ਦੂਜੇ ਪਾਸੇ ਚਰਨਜੀਤ ਚੰਨੀ ਨੇ ਵੀ ਇਹ ਦਾਅਵਾ ਦੱਸਤਾ ਕਿ ਮੇਰੀ 111 ਦਿਨਾਂ ਦੀ ਜਿਹੜੀ ਸਰਕਾਰ ਹੈ ਉਹਨੇ ਬਹੁਤ ਵਧੀਆ ਕੰਮ ਕੀਤੇ ਆ, ਉਹ ਰੇਤ ਮਾਫੀਏ ਨੂੰ ਰੇਤਾ ਘਟਾ ਦਿੱਤੀ ਜੀ, ਬਿਜਲੀ ਦੇ ਬਿੱਲ ਘਟਾ ਦਿੱਤੇ ਆ, ਜਿਹੜੇ ਕੰਮ ਜਿਹੜੇ ਆ ਪਿਛਲੇ ਸਮੇਂ ਚ 4.5 ਸਾਲਾਂ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪਾਰਟੀ ਛੱਡ ਗਏ ਆ ਉਹ ਨੀ ਕਰਕੇ ਗਏ, ਤੇ ਉਹਨਾਂ ਦਾ ਕਹਿੰਦਾ ਹੈ ਉਹਨਾਂ ਨੇ ਇਹ ਦਾਅਵਾ ਕੀਤਾ। ਤੇ ਜਿਹੜੇ 111 ਦਿਨਾਂ ਦੀ ਜਿਹੜੀ ਮੇਰੀ ਹੈਗੀ ਆ ਕਾਰਗੁਜ਼ਾਰੀ ਉਹਦੇ ਆਧਾਰ ਦੇ ਉੱਤੇ ਅਗਲੇ 5 ਸਾਲ ਜਿਹੜੇ ਆ ਉਹ ਮੈਨੂੰ ਕਾਂਗਰਸ ਸਰਕਾਰ ਨੂੰ ਫਿਰ ਦਿੱਤੇ ਜਾਣ। ਦੋਨਾਂ ਦਾ ਹੀ ਇਹ ਆਪਣਾ ਦਾਅਵਾ ਦੋਨਾਂ ਦਾ ਹੀ ਰਿਹਾ ਵੀ ਸਿੱਧੂ ਵੀ ਕਹਿੰਦੇ ਵੀ ਮੈਨੂੰ ਦਰਸ਼ਨੀ ਘੋੜਾ ਨਾ ਬਣਾਇਆ ਜਾਵੇ, ਮੈਨੂੰ ਜਿਹੜਾ ਮੌਕਾ ਦਿੱਤਾ ਜਾਵੇ। ਉਦੋਂ ਚੰਨੀ ਨੇ ਵੀ ਇਹੀ ਗੱਲ ਕਹੀ ਤੇ ਮੈਨੂੰ ਜਿਹੜਾ ਮੇਰੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਆਧਾਰ ਦੇ ਉੱਤੇ ਅਗਲੇ 5 ਸਾਲ ਫਿਰ ਦਿੱਤੇ ਜਾਣ। ਜਦੋਂ ਕਿ ਜਿਹੜੇ ਕੌਮੀ ਸਾਬਕਾ ਪ੍ਰਧਾਨ ਸੀਗੇ ਰਾਹੁਲ ਗਾਂਧੀ ਉਹ ਫਿਰ ਟਾਲ ਗਏ ਇਸ ਗੱਲ ਨੂੰ ਤੇ ਇਹ ਕਹਿ ਗਏ ਵੀ ਕਾਂਗਰਸੀ ਵਰਕਰਾਂ ਦੀ ਸਲਾਹ ਲੈ ਕੇ ਜਿਹੜੀ ਆ ਉਹ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਅਸੀਂ ਛੇਤੀ ਐਲਾਨਾਂਗੇ। ਉਹਦੇ ਨਾਲ ਜਿਹੜਾ ਜਿਹੜੀ ਵਰਕਰਾਂ ਤੇ ਆਗੂਆਂ ਨੂੰ ਜਿਹੜੀ ਆਸ ਬੱਝੀ ਸੀਗੀ ਵੀ ਅੱਜ ਰਾਹੁਲ ਗਾਂਧੀ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ ਉਹਦੇ ਤੋਂ ਉਹਨਾਂ ਨੂੰ ਥੋੜੀ ਨਿਰਾਸ਼ਾ ਵੀ ਹੋਈ ਆ। ਠੀਕ ਹੈ ਜੀ, ਜਿਦਾਂ ਜੀ ਸਾਡੇ ਨਾਲ ਰਾਜੀਵ ਸ਼ਰਮਾ ਜੀ ਵੀ ਜੁੜ ਗਏ ਅੰਮ੍ਰਿਤਸਰ ਤੋਂ, ਬੜੇ ਹੀ ਨਾਮੀ ਗ੍ਰਾਮੀ ਪੱਤਰਕਾਰ ਨੇ ਔਰ ਅਕਸਰ ਅਸੀਂ ਰਾਜੀਵ ਜੀ ਨਾਲ ਵੀ ਗੱਲ ਕਰਦੇ ਹੁੰਦੇ ਹਾਂ ਅੰਮ੍ਰਿਤਸਰ ਜਾਂ ਪੰਜਾਬ ਦੀ ਪੋਲਿਟਿਕਸ ਬਾਰੇ। ਰਾਜੀਵ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ। ਧੰਨਵਾਦ ਜੀ ਸੈਣੀ ਸਾਹਿਬ ਜੀ, ਬਹੁਤ ਬਹੁਤ ਸ਼ੁਕਰੀਆ। ਅੱਜ ਤੁਸੀਂ ਬੜੇ ਬਿਜ਼ੀ ਰਹੇ ਹੋਵੋਗੇ, ਸੋ ਰਾਹੁਲ ਗਾਂਧੀ ਆਏ, ਨਤਮਸਤਕ ਹੋਏ,
ਗੁਰੂ ਦੀ ਨਗਰੀ ਆਏ ਔਰ ਜਲੰਧਰ ਦੀ ਸਾਨੂੰ ਜਾਣਕਾਰੀ ਦੇ ਹੀ ਰਹੇ ਨੇ ਜਤਿੰਦਰ ਹੋਰੀ, ਲੇਕਿਨ ਅੰਮ੍ਰਿਤਸਰ ਦੀ ਵੀ ਜਾਣਕਾਰੀ ਦਿਓ ਰਾਹੁਲ ਦੀ ਵਿਜ਼ਿਟ ਦੀ ਪਹਿਲਾਂ, ਫਿਰ ਤੁਹਾਡੇ ਨਾਲ ਇੱਕ ਦੋ ਸਵਾਲ ਵੀ ਕਰਨੇ ਆ ਮੈਂ। ਜੀ ਹਾਂ ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਰਾਹੁਲ ਗਾਂਧੀ ਅੱਜ ਸਭ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚੇ, ਉਸ ਤੋਂ ਬਾਅਦ ਜਿੱਦਾਂ ਹੀ ਉਹ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਹੈ ਅੰਮ੍ਰਿਤਸਰ ਦਾ, ਉੱਥੇ ਉਹਨਾਂ ਦੀ ਜਿਹੜੀ ਨਿੱਜੀ ਅਸੀਂ ਕਹਿ ਸਕਦੇ ਹਾਂ ਪ੍ਰਾਈਵੇਟ ਜਿਹੜਾ ਉਹਨਾਂ ਦਾ ਜੈੱਟ ਹੈ ਉਹ ਲੈਂਡ ਕੀਤਾ। ਉਸ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਨਤਮਸਤਕ ਹੋਏ ਔਰ ਉਹਨਾਂ ਦੇ ਨਾਲ ਕਿਹਾ ਤਾਂ ਇਹ ਜਾ ਰਿਹਾ ਸੀ ਕਿ 117 ਜਿਹੜੇ ਉਮੀਦਵਾਰ ਨੇ ਉਹ ਨਤਮਸਤਕ ਹੋਣਗੇ, ਹਾਲਾਂਕਿ 8 ਸੀਟਾਂ ਜਿਹੜੀਆਂ ਨੇ ਉਹਨਾਂ ਤੇ ਹਾਲੇ ਵੀ ਸ਼ਸ਼ੋਪੰਜ ਬਣਿਆ ਹੋਇਆ ਕਿ ਉੱਥੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹ ਨਹੀਂ ਐਲਾਨੇ ਗਏ, ਕਿਉਂਕਿ ਉੱਥੋਂ ਕਈ ਥਾਵਾਂ ਤੋਂ ਇਹ ਵੀ ਜਿਹੜੀ ਆ ਕਈ ਜਿਹੜੀਆਂ ਜਿਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਔਰ ਉਹ ਉਮੀਦਵਾਰ ਜਿਹੜੇ ਨੇ ਉਹ ਕਈ ਤਰ੍ਹਾਂ ਦੀਆਂ ਕਾਂਗਰਸ ਪਾਰਟੀ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਨਾਰਾਜ਼ਗੀਆਂ ਵੀ ਨੇ। ਪਰ ਜੇਕਰ ਅਸੀਂ ਅੱਜ ਦੀ ਵਿਜ਼ਿਟ ਦੀ ਗੱਲ ਕਰੀਏ ਤਾਂ 9:30 ਦੇ ਕਰੀਬ ਰਾਹੁਲ ਗਾਂਧੀ ਨੇ ਜੋ ਹੈ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਸੀ, ਪਰ ਸਵੇਰੇ ਬਹੁਤ ਜ਼ਿਆਦਾ ਧੁੰਦ ਸੀ ਉਸ ਕਰਕੇ ਉਸ ਜਿਹੜਾ ਪ੍ਰੋਗਰਾਮ ਨੂੰ ਡਿਲੇ ਕੀਤਾ ਗਿਆ ਔਰ 2 ਤੋਂ 2.5 ਘੰਟੇ ਦਾ ਜਿਹੜਾ ਵਕਫਾ ਸੀ ਕਿ ਤਬਦੀਲੀ ਜਿਹੜੀ ਉਸ ਵਿੱਚ ਸਮੇਂ ਦੀ ਆਈ। ਉਸ ਤੋਂ ਬਾਅਦ ਰਾਹੁਲ ਗਾਂਧੀ ਜੋ ਹੈ ਉਹ ਏਵੀਏਸ਼ਨ ਕਲੱਬ ਜਿਹੜੀ ਹੈ ਅੰਮ੍ਰਿਤਸਰ ਹਵਾਈ ਅੱਡੇ 'ਤੇ ਉੱਥੇ ਪਹੁੰਚੇ ਹੈ, ਉਹ ਉੱਥੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਔਰ ਡਿਪਟੀ CM ਜਿਹੜੇ ਨੇ ਦੋ ਪੰਜਾਬ ਦੇ ਉਹ ਉੱਥੇ ਪਹੁੰਚਦੇ ਨੇ ਔਰ ਉੱਥੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਔਰ ਰਾਹੁਲ ਗਾਂਧੀ ਉੱਥੋਂ ਸਿੱਧਾ ਜੋ ਹੈ ਹਰਿਮੰਦਰ ਸਾਹਿਬ ਦੇ ਲਈ ਰਵਾਨਾ ਹੁੰਦੇ ਨੇ, ਤਾਂ ਵੱਡਾ ਇੱਕ ਕਾਫਲਾ ਉਹਨਾਂ ਦੇ ਨਾਲ ਚੱਲਦਾ ਨਜ਼ਰ ਆਇਆ। ਉੱਥੇ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜਿੱਥੇ ਚੋਣ ਜ਼ਾਬਤੇ ਦੀ ਅਸੀਂ ਗੱਲ ਕਰਦੇ ਹਾਂ, ਨਾਲ ਦੀ ਨਾਲ ਕੋਵਿਡ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਜਾਰੀ ਕੀਤੀਆਂ ਗਈਆਂ ਨੇ, ਤੇ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਉਲੰਘਣ ਨੇ ਉਹ ਸਾਹਮਣੇ ਸਾਫ਼ ਤੌਰ ਤੇ ਨਜ਼ਰ ਆਏ। ਹਾਲਾਂਕਿ ਲਾਜ਼ਮੀ ਤੌਰ ਤੇ ਜਿਸ ਤਰੀਕੇ ਦਾ ਇਕੱਠ ਕੀਤਾ ਗਿਆ ਉਸ ਨੂੰ ਲੈ ਕੇ ਸਵੇਰ ਨੂੰ ਇਹ ਵੀ ਖ਼ਬਰਾਂ ਆਉਣਗੀਆਂ ਕਿ ਚੋਣ ਕਮਿਸ਼ਨ ਵੱਲੋਂ ਜਾਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ, ਕਈ ਤਰ੍ਹਾਂ ਦੀਆਂ ਜਿਹੜੀਆਂ FIR ਨੇ ਉਹ ਵੀ ਦਰਜ ਜ਼ਰੂਰ ਹੋਣਗੀਆਂ, ਕਿਉਂਕਿ ਜਿਸ ਤਰੀਕੇ ਦਾ ਇਕੱਠ ਸੀ ਜਾਂ ਕੋਵਿਡ ਦੀਆਂ ਜਿਹੜੇ ਗਾਈਡਲਾਈਨਸ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ, ਇਹ ਵੀ ਸਵਾਲ ਨੇ। ਪਰ ਇਸ ਚੀਜ਼ ਨੂੰ ਕਾਂਗਰਸ ਜੋ ਹੈ ਉਹ ਇਹ ਮੰਨ ਕੇ ਚੱਲ ਰਹੀ ਹੈ ਕਿ ਰਾਹੁਲ ਗਾਂਧੀ ਦੀ ਇਹ ਫੇਰੀ ਹੈ ਕਾਂਗਰਸ ਵਾਸਤੇ ਬਹੁਤ ਅਸੀਂ ਕਹਿ ਸਕਦੇ ਕਿ ਲਾਹੇਵੰਦ, ਜੇਕਰ ਅਸੀਂ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਵਾਸਤੇ ਲਾਹੇਵੰਦ ਸਾਬਤ ਹੋ ਸਕਦੀ ਹੈ। ਪਰ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਦਾ ਕਾਟੋ ਕਲੇਸ਼ ਹੈ ਜੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਇਆ ਗਿਆ ਉਦੋਂ ਤੋਂ ਲਗਾਤਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹੇ ਨੇ, ਪਰ ਅੱਜ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਇੱਕ ਇਸ ਚੀਜ਼ ਨੂੰ ਲੈ ਕੇ ਖੁਸ਼ ਵੀ ਨਜ਼ਰ ਆਏ। ਉਹਨਾਂ ਵੱਲੋਂ ਦਾਅਵੇ ਵੀ ਕੀਤੇ ਗਏ ਕਿ ਹਾਂ ਰਾਹੁਲ ਗਾਂਧੀ ਦੇ ਆਉਣ ਦੇ ਨਾਲ ਕਾਂਗਰਸ ਜਿਹੜੀ ਇਕਜੁੱਟ ਨਜ਼ਰ ਆਏਗੀ, ਪਰ ਬਹੁਤ ਸਾਰੇ ਸਵਾਲ ਹਾਲੇ ਵੀ ਬਰਕਰਾਰ ਨੇ ਕਿਉਂਕਿ 8 ਸੀਟਾਂ ਤੋਂ ਹਾਲੇ ਉਮੀਦਵਾਰ ਜਿਹੜੇ ਆ ਉਹਨਾਂ ਦਾ ਰਸਮੀ ਤੌਰ ਤੇ ਐਲਾਨ ਨਹੀਂ ਕੀਤਾ ਗਿਆ। ਦੂਸਰੇ ਪਾਸੇ ਜਿਹੜੀ ਅੰਮ੍ਰਿਤਸਰ ਦੀ ਸਭ ਤੋਂ ਮਹੱਤਵਪੂਰਨ ਸੀਟ ਇਸ ਵੇਲੇ ਬਣੀ ਹੋਈ ਹੈ ਅੰਮ੍ਰਿਤਸਰ ਪੂਰਬੀ, ਜਿੱਥੋਂ ਨਵਜੋਤ ਸਿੰਘ ਸਿੱਧੂ ਉਮੀਦਵਾਰ ਪਹਿਲਾਂ ਹੀ ਕਾਂਗਰਸ ਵੱਲੋਂ ਐਲਾਨੇ ਗਏ, ਉੱਥੋਂ ਉਹ ਮੌਜੂਦਾ ਵਿਧਾਇਕ ਵੀ ਨੇ, ਤਾਂ ਉੱਥੋਂ ਵਿਕਰਮ ਮਜੀਠੀਆ ਨੂੰ ਉਮੀਦਵਾਰ ਅਕਾਲੀ ਦਲ ਵੱਲੋਂ ਬਣਾ ਦਿੱਤਾ ਗਿਆ, ਤਾਂ ਉਹ ਇਸ ਵੇਲੇ ਇੱਕ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਪੂਰੇ, ਮੈਂ ਜੇਕਰ ਕਹਾਂ ਕਿ ਮਾਝੇ ਤੋਂ ਇਲਾਵਾ ਪੰਜਾਬ ਕਿਆ ਮਤਲਬ ਪੂਰੀ ਦੁਨੀਆਂ ਦੇ ਵਿੱਚ ਉਹ ਇਸ ਵੇਲੇ ਸ਼ਾਇਦ ਚਰਚਾ ਦਾ ਵਿਸ਼ਾ ਬਣਿਆ, ਤੇ ਇਸ ਬਾਰੇ ਮੈਂ ਤੁਹਾਡੇ ਕੋਲੋਂ ਵੀ ਜਾਣਨਾ ਚਾਹੁੰਦਾ ਕਿ ਕੀ ਕੈਨੇਡਾ ਦੇ ਵਿੱਚ ਵੀ ਸ਼ਾਇਦ ਇਸ ਦੀ ਕੋਈ ਚਰਚਾ ਹੈ ਜਾਂ ਨਹੀਂ, ਪਹਿਲਾਂ ਤੁਸੀਂ ਇਸ ਬਾਰੇ ਦੱਸੋ, ਫਿਰ ਉਸ ਤੋਂ ਬਾਅਦ ਮੈਂ ਇਸ ਬਾਰੇ ਅਗਲਾ ਜਵਾਬ ਦਿੰਦਾ। ਬਿਲਕੁਲ ਰਾਜੀਵ, ਇੱਥੇ ਬੜੀ ਚਰਚਾ ਹੈ ਔਰ ਜਦੋਂ ਹੀ ਕੱਲ੍ਹ ਇਹ ਖਬਰ ਆਈ ਸੀ ਇਹ ਜਦੋਂ ਕਹਿੰਦੇ ਨਾ ਜੰਗਲ ਦੀ ਅੱਗ ਵਾਂਗ ਇਹ ਖਬਰ ਫੈਲ ਗਈ ਔਰ ਬਹੁਤ ਜ਼ਿਆਦਾ ਇਸ ਗੱਲ ਦੀ ਚਰਚਾ ਰਹੀ ਕੱਲ੍ਹ ਸਾਰਾ ਦਿਨ, ਔਰ ਅਸੀਂ ਵੀ ਚਰਚਾ ਕੀਤੀ ਪ੍ਰਭਜੋਤ ਹੋਰੀ ਬੜੇ ਸੀਨੀਅਰ ਪੱਤਰਕਾਰ ਟ੍ਰਿਬਿਊਨ ਤੋਂ ਬਿਊਰੋ ਚੀਫ ਮੇਰੇ ਨਾਲ ਡੇਲੀ ਜੁੜਦੇ ਆ ਇਸ ਪ੍ਰੋਗਰਾਮ ਦੇ ਵਿੱਚ, ਔਰ ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤਾ ਕਿ ਇੰਨੀ ਜ਼ਿਆਦਾ ਇਹਦੇ ਨਾਲ ਕਿਤੇ ਨਾ ਕਿਤੇ ਵਾਇਲੈਂਸ ਨਾ ਹੋ ਜਾਏ, ਇੰਨੀ ਜ਼ਬਰਦਸਤ ਟੱਕਰ ਹੋਣ ਵਾਲੀ ਹੈ ਕਿ ਕੁਝ ਵੀ ਹੋ ਸਕਦਾ ਹੈ, ਇਹ ਬੜੀ ਸੈਂਸਿਟਿਵ ਸੀਟ ਬਣਨ ਜਾ ਰਹੀ ਹੈ। ਦੋਨੋਂ ਹੀ ਇੱਕ ਤੇਜ਼ ਤਰਾਰ ਲੀਡਰ ਵੀ ਨੇ, ਬੋਲਣ ਲੱਗਿਆਂ ਵੀ ਕੋਈ ਕਸਰ ਨਹੀਂ ਛੱਡਦੇ ਇੱਕ ਦੂਜੇ ਦੇ ਖਿਲਾਫ, ਕਈ ਵਾਰੀ ਹੱਥੋਂ ਪਾਈ ਹੁੰਦੇ ਡੈਡੀ ਸਾਹਿਬ। ਇੱਥੇ ਮੈਂ ਤੁਹਾਨੂੰ ਟੁੱਕਣਾ ਚਾਹੁੰਦਾ ਕਿ ਵਾਕਈ ਹੀ ਬਿਲਕੁਲ ਹੀ ਇੱਕ ਦੋਵਾਂ ਪਾਰਟੀਆਂ ਵਾਸਤੇ ਸਿਰ ਧੜਦੀ ਜੇਕਰ ਅਸੀਂ ਬਾਜੀ ਵੀ ਕਹੀਏ ਤਾਂ ਇਹ ਸ਼ਬਦ ਗਲਤ ਨਹੀਂ ਹੋਣਗੇ, ਕਿਉਂਕਿ ਦੋਵਾਂ ਪਾਰਟੀਆਂ ਦੇ ਦਿੱਗਜ ਨੇਤਾ ਨੇ ਇੱਕ ਪਾਸੇ ਕਾਂਗਰਸ ਦੇ ਉਹ ਲੀਡਰ ਜੋ ਕਿ ਪਹਿਲਾਂ ਸੈਲੀਬ੍ਰਿਟੀ ਦੇ ਤੌਰ ਤੇ ਵੀ ਜਾਣੇ ਜਾਂਦੇ ਰਹੇ ਨੇ, ਕ੍ਰਿਕਟਰ ਦੇ ਤੌਰ ਤੇ ਵੀ ਜਾਣੇ ਜਾਂਦੇ ਰਹੇ ਨੇ, ਔਰ ਸਭ ਤੋਂ ਵੱਡੀ ਚੀਜ਼ ਕਿ ਅੱਜ ਕੱਲ੍ਹ ਪੰਜਾਬ ਪ੍ਰਦੇਸ਼ ਕਾਂਗਰਸ
ਕਮੇਟੀ ਦੀ ਕਮਾਨ ਵੀ ਉਹਨਾਂ ਦੇ ਕੋਲ ਹੈ ਤਾਂ ਇੱਕ ਸੈਨਾਪਤੀ ਅਸੀਂ ਜੇਕਰ ਕਹੀਏ ਤਾਂ ਉਹ ਵੀ ਗਲਤ ਨਹੀਂ ਹੋਏਗਾ ਇੱਕ ਪਾਸੇ ਇੱਕ ਪੂਰੀ ਜਿਹੜੀ ਫੌਜ ਨੂੰ ਜੋ ਦਿਸ਼ਾ ਨਿਰਦੇਸ਼ ਦੇਣ ਵਾਲੇ ਸੈਨਾਪਤੀ ਨੇ ਦੂਸਰੇ ਪਾਸੇ ਉਹ ਚਿਹਰਾ ਜਿਹਦੇ ਉੱਪਰ ਬਹੁਤ ਵੱਡੇ ਵੱਡੇ ਇਲਜ਼ਾਮ ਵੀ ਲਗਾਏ ਗਏ ਔਰ ਘੇਰਾਬੰਦੀ ਵੀ ਜਿਹੜੀ ਆ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ ਪਰ ਸਿੱਧੇ ਤੌਰ ਤੇ ਜਦੋਂ ਅਕਾਲੀ ਦਲ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਭਾਵੇਂ ਉਹ ਸੁਖਬੀਰ ਬਾਦਲ ਹੋਣ ਜਾਂ ਸਰਪ੍ਰਸਤ ਜੋ ਨੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਖੁਦ ਇਸ ਵਾਰ ਫਿਰ ਇੱਕ ਵਾਰ ਚੋਣ ਮੈਦਾਨ ਦੇ ਵਿੱਚ ਵੀ ਉਤਰੇ ਨੇ ਤਾਂ ਉਹ ਵੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਰਹੇ ਨੇ ਔਰ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਤੇ ਇਹ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਜਾਣ ਬੁੱਝ ਕੇ ਸਿਆਸੀ ਜਾਲ ਦੇ ਵਿੱਚ ਵਿਕਰਮਜੀਤੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਇੱਕ ਜੇਕਰ ਅਸੀਂ ਕਹੀਏ ਕਿ ਅਕਾਲੀ ਦਲ ਦਾ ਫੈਸਲਾ ਤਾਂ ਇਹ ਵੀ ਸੋਚਣਾ ਗਲਤ ਹੋਏਗਾ ਅਕਾਲੀ ਦਲ ਵੱਲੋਂ ਵੀ ਪੂਰਾ ਜੇ ਕਿਉਂਕਿ ਜਦੋਂ ਕਿਸੇ ਵੀ ਉਮੀਦਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਪਾਰਟੀਆਂ ਆਪਣੇ ਪੱਧਰ ਤੇ ਜਾਂ ਜਿਹੜੀਆਂ ਪ੍ਰਾਈਵੇਟ ਏਜੰਸੀਆਂ ਨੇ ਉਹਨਾਂ ਦੇ ਤੌਰ ਤੇ ਇੱਕ ਸਰਵੇ ਕਰਵਾਇਆ ਜਾਂਦਾ ਤਾਂ ਇਸ ਜਿਹੜਾ ਕੱਲ ਦਾ ਫੈਸਲਾ ਸੀ ਕੱਲ ਦੀ ਜੇਕਰ ਅਸੀਂ ਜਦੋਂ ਇਹ ਐਲਾਨ ਕੀਤਾ ਗਿਆ ਤਾਂ ਸੁਖਬੀਰ ਬਾਦਲ ਦੀ ਜੇਕਰ ਅਸੀਂ ਬਾਡੀ ਲੈਂਗੁਏਜ ਦੇਖੀਏ ਤਾਂ ਬਹੁਤ ਪੋਜ਼ਿਟਿਵ ਨਜ਼ਰ ਆ ਰਹੀ ਸੀ ਉਹਨਾਂ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਨੇ ਉਹ ਬਹੁਤ ਵੱਖਰੇ ਨਜ਼ਰ ਆ ਰਹੇ ਸੀ ਤਾਂ ਇਹ ਇੱਕ ਅਸੀਂ ਕਹਿ ਸਕਦੇ ਕਿ ਅਕਾਲੀ ਦਲ ਨੇ ਬਹੁਤ ਵੱਡਾ ਜਿਹੜਾ ਫੀਡਬੈਕ ਲੈਣ ਤੋਂ ਬਾਅਦ ਇਹ ਐਲਾਨ ਕੀਤਾ ਤਾਂ ਇਸ ਨੂੰ ਲੈ ਕੇ ਜਿਹੜਾ ਮੁਕਾਬਲਾ ਹੈ ਹੋਰ ਰੋਚਕ ਵੀ ਹੋਇਆ ਔਰ ਇਹ ਗੁੰਝਲਦਾਰ ਵੀ ਹੈ ਔਰ ਇਸ ਦੇ ਨਾਲ ਅਸੀਂ ਕਹਿ ਸਕੀਏ ਕਿ ਜਿਹੜੀ ਕਾਂਡੇ ਦੀ ਟੱਕਰ ਆ ਉਹ ਇਸ ਸੀਟ ਦੇ ਉੱਪਰ ਨਜ਼ਰ ਆਏਗੀ ਔਰ ਪੂਰੇ ਪੰਜਾਬ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਤੁਸੀਂ ਕਿਹਾ ਕਿ ਇੱਥੇ ਵੀ ਜੰਗਲ ਦੀ ਅੱਗ ਵਾਂਗੂ ਇਹ ਖਬਰ ਫੈਲੀ ਹੈ ਤਾਂ ਪੂਰੀ ਦੁਨੀਆਂ ਦੇ ਵਿੱਚ ਤਾਂ ਇਹ ਚਰਚਾਵਾਂ ਹੈ ਹੀ ਨੇ ਪਰ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੀ ਸਭ ਤੋਂ ਵੱਡੀ ਹੌਟ ਸੀਟ ਜਿਹੜੀ ਆ ਉਹ ਅੰਮ੍ਰਿਤਸਰ ਪੂਰਬੀ ਹਲਕਾ ਹੀ ਇਸ ਵੇਲੇ ਮੰਨਿਆ ਜਾ ਰਿਹਾ ਜੀ ਬਿਲਕੁਲ ਠੀਕ ਹੈ ਰਾਜੀਵ ਥੈਂਕ ਯੂ ਸੋ ਮਚ ਤੁਸੀਂ ਕਿਉਂਕਿ ਗਰਾਊਂਡ ਤੇ ਹੋ ਤੁਹਾਡੇ ਤੋਂ ਵੱਧ ਫੀਡਬੈਕ ਕੋਈ ਨਹੀਂ ਦੇ ਸਕਦਾ ਔਰ ਦੋਨਾਂ 'ਚ ਜਿਹੜਾ ਵੀ ਲੀਡਰ ਇੱਕ ਨੇ ਤਾਂ ਦੋ ਭਲਵਾਨ ਜਦੋਂ ਲੜਦੇ ਆ ਇੱਕ ਨੇ ਢੱਠਣਾ ਹੀ ਹੈ ਜਿਹੜਾ ਢੱਠੇਗਾ ਉਹਦੇ ਆਪਣੇ ਪੋਲੀਟੀਕਲ ਕੈਰੀਅਰ ਦੇ ਉੱਤੇ ਬੜਾ ਵੱਡਾ ਇੱਕ ਤਰ੍ਹਾਂ ਦਾ ਦਾਗ ਲੱਗੇਗਾ ਔਰ ਉਹ ਸੈੱਟਬੈਕ ਹੋਏਗਾ ਉਹਦੇ ਲਈ ਔਰ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਨੋਂ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਆ ਥਾਂ ਥਾਂ 'ਤੇ ਮਜ਼ਾਕ ਉਡਾਉਂਦੇ ਆ ਤਾਂ ਮੇਰਾ ਖਿਆਲ ਆ ਵੀ ਜੇ ਵਿਕਰਮ ਮਜੀਠੀਆ ਨੇ ਕੀ ਸੋਚ ਕੇ ਹਾਲਾਂਕਿ ਉਹਨਾਂ ਨੇ ਮਜੀਠਾ ਵਾਲੀ ਸੀਟ ਅਜੇ ਵੀ ਛੱਡੀ ਨਹੀਂ ਕੀ ਸੋਚ ਕੇ ਇੱਥੇ ਆਏ ਆ ਅਕਾਲੀ ਦਲ ਨੇ ਕੀ ਸੋਚ ਕੇ ਉਹਨਾਂ ਨੂੰ ਖੜਾ ਕੀਤਾ ਹੈ ਕੱਲ੍ਹ ਅਸੀਂ ਚਰਚਾ ਕੀਤੀ ਸੀ ਕਿ ਸ਼ਾਇਦ ਸਿੱਧੂ ਨੂੰ ਉਹ ਥੋੜ੍ਹਾ ਜਿਹਾ ਇੱਕ ਤਰੀਕੇ ਨਾਲ ਘੇਰਨਾ ਚਾਹੁੰਦੇ ਆ ਕਿ ਉਹ ਆਪਣੀ ਸੀਟ ਤੋਂ ਬਾਹਰ ਨਾ ਨਿਕਲ ਸਕਣ ਪੰਜਾਬ ਦੇ ਬਾਕੀ ਥਾਵਾਂ 'ਤੇ ਜਾ ਨਾ ਸਕਣ ਇੰਨੇ ਕੁ ਚਿੰਤਿਤ ਹੋ ਜਾਣ ਕਿ ਮੈਂ ਆਪਣੀ ਸੀਟ ਕਿਤੇ ਖਤਰੇ 'ਚ ਨਾ ਪਾ ਲੈਣ ਸ਼ਾਇਦ ਇਸ ਕਰਕੇ ਅਕਾਲੀ ਦਲ ਨੇ ਇੱਕ ਬੜੀ ਰਣਨੀਤੀ ਚੁਣੀ ਹੈ ਪਰ ਜਿਹੜਾ ਰਿਸਕ ਹੈ ਉਹ ਮਜੀਠੀਏ ਵਾਸਤੇ ਵੀ ਬਹੁਤ ਆ ਉਹਦੇ ਪੋਲੀਟੀਕਲ ਕੈਰੀਅਰ ਵਾਸਤੇ ਕਿ ਜੇ ਉਹ ਸਿੱਧੂ ਤੋਂ ਹਾਰਦੇ ਆ ਤਾਂ ਉੱਥੇ ਕੋਈ ਵਾਇਲੈਂਸ ਨਾ ਹੋਵੇ ਉੱਥੇ ਕੋਈ ਬਹੁਤ ਜ਼ਿਆਦਾ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਵਾਪਰੇ ਇੱਥੇ ਬੈਠੇ ਜਿਹੜੇ ਅੰਮ੍ਰਿਤਸਰ ਜਾਂ ਪੰਜਾਬੀਆਂ ਨੂੰ ਇੱਥੇ ਬੈਠੇ ਵੀ ਰਾਜੀਵ ਬੜਾ ਇਸ ਗੱਲ ਦਾ ਚਿੰਤਾ ਹੈ ਖਤਰਾ ਹੋ ਰਿਹਾ ਕਿ ਆਖਿਰਕਾਰ ਇਸ ਇੰਨੀ ਜ਼ਿਆਦਾ ਹੀਟ ਕ੍ਰੀਏਟ ਹੋ ਜਾਣੀ ਹੈ ਸੀਟ ਦੇ ਉੱਤੇ ਇੰਨੀ ਜ਼ਿਆਦਾ ਟੈਨਸ਼ਨ ਹੋ ਜਾਣੀ ਹੈ ਕਿ ਕੋਈ ਹੋਰ ਕੁਛ ਅਣਕ ਸੁਖਾਵੀ ਘਟਨਾ ਨਾ ਕਿਤੇ ਵਾਪਰ ਜਾਏ ਤਾਂ ਰਾਹੁਲ ਗਾਂਧੀ ਆਏ ਤੁਹਾਡੇ ਸਾਰੇ ਲੀਡਰ ਹਾਈ ਪ੍ਰੋਫਾਈਲ ਨੇ ਅੰਮ੍ਰਿਤਸਰ ਦੇ ਵਿੱਚ ਸੁਨੀਲ ਦੱਤੀ ਦੀ ਗੱਲ ਕਰ ਲਈਏ ਰਾਜ ਕੁਮਾਰ ਵੇਰਕਾ ਓ ਪੀ ਸੋਨੀ ਖੁਦ ਨਵਜੋਤ ਸਿੰਘ ਸਿੱਧੂ ਤਾਂ ਸਾਰੇ ਹੀ ਔਰ ਅੰਮ੍ਰਿਤਸਰ ਬੜਾ ਗੜ ਵੀ ਰਿਹਾ ਕਾਂਗਰਸ ਪਾਰਟੀ ਦਾ ਜਦੋਂ ਸਾਰੇ ਪਾਸੇ ਕਾਂਗਰਸ ਹਾਰ ਗਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਅਰੁਣ ਜੇਤਲੀ ਵਰਗੇ ਐਡੇ ਵੱਡੇ ਲੀਡਰ ਨੂੰ ਅੰਮ੍ਰਿਤਸਰ ਤੋਂ ਹਰਾ ਦਿੱਤਾ ਸੀ ਔਰ ਅੰਮ੍ਰਿਤਸਰ ਹਮੇਸ਼ਾ ਹੀ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੇ ਹੱਕ 'ਚ ਜਾਂਦਾ ਰਿਹਾ ਅੱਜ ਕੱਲ੍ਹ ਮੌਜੂਦਾ ਤੁਹਾਡੇ ਐਮ ਪੀ ਵੀ ਕਾਂਗਰਸ ਦੇ ਨੇ ਉੱਥੇ ਮਿਸਟਰ ਔਜਲਾ ਤਾਂ ਓਵਰਆਲ ਸਾਨੂੰ ਮੋਟੇ ਤੌਰ 'ਤੇ ਦੱਸਣਾ ਚਾਹੋਗੇ ਫਿਰ ਮੈਂ ਜਤਿੰਦਰ ਹੋਰਾਂ ਨੂੰ ਪੁੱਛਾਂਗਾ ਜਲੰਧਰ ਦੀ ਸਿਚੁਏਸ਼ਨ ਹਜੇ ਬਹੁਤ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਖੜੇ ਨਹੀਂ ਕੀਤੇ ਰਾਤ ਮੇਰੀ ਕਿਸੇ ਬੜੇ ਹੀ ਸੁਹਿਰਦ ਸੱਜਣ ਨਾਲ ਗੱਲ ਹੋਈ ਹੈ ਉਹ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨੂੰ ਵੀ ਤੁਸੀਂ ਘੱਟ ਨਹੀਂ ਆਂਕ ਸਕਦੇ ਇਸ ਵਾਰ ਅੰਮ੍ਰਿਤਸਰ ਦੇ ਵਿੱਚ ਤੁਹਾਡਾ ਕੋਈ ਮੋਟਾ ਐਨਾਲਿਸਿਸ ਦੱਸਣਾ ਚਾਹੋ ਜੀ ਰਾਜੀਵ ਜੀ ਸੈਣੀ ਸਾਹਿਬ ਅੰਮ੍ਰਿਤਸਰ 'ਚ ਸਾਨੂੰ ਦੱਸਣਾ ਚਾਹੋ ਮੋਟੇ ਤੌਰ 'ਤੇ ਹਜੇ ਤਾਂ ਸਾਰੀ ਪੁਜੀਸ਼ਨ ਕਲੀਅਰ ਨਹੀਂ ਹੋਣੀ ਟਾਈਮ ਲੱਗੇਗਾ ਪਰ ਮੌਜੂਦਾ ਜਿਹੜੇ ਰੁਝਾਨ ਅਰਲੀ ਰੁਝਾਨ ਕੀ ਦੱਸ ਰਿਹਾ ਜੀ ਹਾਂ ਬਿਲਕੁਲ ਜੇਕਰ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਵੀ ਇਸ ਵੇਲੇ ਪੂਰੀ ਫਾਈਟ ਦੇ ਵਿੱਚ ਅਸੀਂ ਉਸਨੂੰ ਲੜਾਈ ਤੋਂ ਵਾਂਝੇ ਰੱਖ ਕੇ ਨਹੀਂ ਸੋਚ ਸਕਦੇ ਪਰ ਜਿਸ ਤਰੀਕੇ ਦੇ ਨਾਲ ਜੇਕਰ ਅੰਮ੍ਰਿਤਸਰ ਈਸਟ ਹਲਕਾ ਜੋ ਪੂਰਬੀ ਹਲਕਾ ਜੋ ਜਿੱਥੋਂ ਕਿ ਨਵਜੋਤ ਸਿੰਘ ਸਿੱਧੂ ਮੌਜੂਦਾ ਵਿਧਾਇਕ ਨੇ ਉਸ ਹਲਕੇ ਦਾ ਜੇਕਰ ਅਸੀਂ ਖਾਸ ਤੌਰ ਤੇ ਜ਼ਿਕਰ ਕਰੀਏ ਤਾਂ ਉੱਥੇ ਸਿਰਫ ਤੇ ਸਿਰਫ ਲੜਾਈ ਹੁਣ ਜੋ ਹੈ ਉਹ ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਮਜੀਠੀਆ ਦੇ ਵਿਚਾਲੇ ਹੀ ਨਜ਼ਰ ਆ ਰਹੀ ਹਨ ਬਾਕੀ ਸੀਟਾਂ ਤੇ ਰਾਜੀਵ ਸਰੋਤੇ ਇਸ ਵੇਲੇ ਕੈਨੇਡਾ ਦੇ ਵਿੱਚ ਸਾਡੇ ਨਾਲ ਜੁੜੇ ਨੇ ਜੀ ਤਾਂ ਮੈਂ ਵੀ ਦੱਸਣਾ ਚਾਹੁੰਦਾ ਕਿ ਕੱਲ ਵਿਕਰਮ ਮਜੀਠੀਆ ਮਜੀਠਾ ਅਤੇ ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਜੋ ਆਪਣੇ
ਨੋਮੀਨੇਸ਼ਨ ਵੀ ਫਾਈਲ ਕਰਨ ਜਾ ਰਹੇ ਨੇ ਤਾਂ ਕੱਲ 11 ਵਜੇ ਦੇ ਕਰੀਬ ਉਹ ਮਜੀਠੇ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਜੋ ਪੇਪਰ ਨੇ ਉਹ ਦਾਖਲ ਕਰਨਗੇ ਉਸ ਤੋਂ ਬਾਅਦ ਅੰਮ੍ਰਿਤਸਰ ਤੇ ਪੂਰਬੀ ਹਲਕੇ ਤੋਂ ਉਮੀਦਵਾਰ ਦੇ ਵਜੋਂ ਆਪਣਾ ਜਿਹੜਾ ਨਾਮਾਂਕਣ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜਾਂ ਨੋਮੀਨੇਸ਼ਨ ਜਾਂ ਉਹ ਫਾਈਲ ਕਰਨਗੇ ਵੱਲੋਂ ਜਿਹੜੀ ਰਸਮੀ ਤੌਰ ਤੇ ਇਸ ਲੜਾਈ ਦੇ ਵਿੱਚ ਆਪਣੀ ਜਿਹੜੀ ਸ਼ੁਰੂਆਤ ਉਹਨਾਂ ਵੱਲੋਂ ਕਰ ਦਿੱਤੀ ਜਾਣੀ ਹੈ। ਨਵਜੋਤ ਸਿੰਘ ਸਿੱਧੂ ਕਦੋਂ ਆਪਣੇ ਨੋਮੀਨੇਸ਼ਨ ਫਾਈਲ ਕਰਦੇ ਨੇ ਹਾਲੇ ਇਸ ਬਾਰੇ ਤਾਂ ਕੁਝ ਸਪਸ਼ਟ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀ ਜੋ ਕਾਨੂੰਨੀ ਜਿਹੜੀ ਲੜਾਈ ਇਸ ਵੇਲੇ ਬਿਕਰਮਜੀਤ ਜੀ ਲੜ ਰਹੇ ਨੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਜਿੰਨੀ ਕੁ ਰਾਹਤ ਮਿਲੀ ਆ ਤਾਂ ਉਸ ਤੋਂ ਪਹਿਲਾਂ ਕਿਉਂਕਿ ਕੱਲ ਸ਼ੁੱਕਰਵਾਰ ਹੈ ਉਸ ਤੋਂ ਬਾਅਦ ਸ਼ਨੀ ਐਤਵਾਰ ਦੀ ਛੁੱਟੀ ਹੁੰਦੀ ਹੈ ਸਰਕਾਰੀ ਤਾਂ ਉਹਨਾਂ ਦੇ ਕੋਲ 3 ਦਿਨ ਦਾ ਹੀ ਸਮਾਂ ਹੈ ਤਾਂ ਉਸ ਤੋਂ ਪਹਿਲਾਂ ਉਹ ਆਪਣੇ ਜਿਹੜੇ ਪੇਪਰ ਨੇ ਉਹ ਦਾਖਲ ਕਰਨਾ ਚਾਹੁਣਗੇ ਲਾਜ਼ਮੀ ਤੌਰ ਤੇ ਤਾਂ ਕੱਲ ਉਹਨਾਂ ਵੱਲੋਂ 11 ਵਜੇ ਪਹਿਲਾਂ ਮਜੀਠੇ ਦੇ ਵਿੱਚ ਮਜੀਠੇ ਹਲਕੇ ਤੋਂ ਜਿੱਥੋਂ ਉਹਨਾਂ ਦਾ ਅਸੀਂ ਕਹੀਏ ਕਿ ਜੱਦੀ ਜੋ ਵਿਧਾਨ ਸਭਾ ਹਲਕਾ ਹੈ ਉੱਥੋਂ ਉਹਨਾਂ ਵੱਲੋਂ ਪੇਪਰ ਦਾਖਲ ਕੀਤੇ ਜਾਣੇ ਨੇ ਔਰ ਉਸ ਤੋਂ ਬਾਅਦ ਦੁਪਹਿਰ ਜੋ ਨੇ ਉਹ ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਪੇਪਰ ਦਾਖਲ ਕੀਤੇ ਜਾਣੇ ਤੇ ਕੱਲ ਉਹਨਾਂ ਵੱਲੋਂ ਜੋ ਰਸਮੀ ਤੌਰ ਤੇ ਇਹ ਜਿਹੜੀਆਂ ਦੋਵਾਂ ਹਲਕਿਆਂ ਤੋਂ ਜਿਹੜੀ ਸਿਆਸੀ ਲੜਾਈ ਹੈ ਉਸ ਦੀ ਸ਼ੁਰੂਆਤ ਕੀਤੀ ਜਾਣੀ ਹੈ। ਜੀ ਅਰਜੀਬ, ਤੁਹਾਡੇ ਨਾਲ ਇੱਕ ਲਾਸਟ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਐਨਾਲਿਸਿਸ ਕਰਨਾ ਚਾਹਾਂਗਾ ਬਾਕੀ ਸਾਰੀਆਂ ਸੀਟਾਂ ਦਾ ਮੋਟੇ ਤੌਰ ਤੇ। ਜਤਿੰਦਰ ਜੀ, ਤੁਹਾਡਾ ਵੀ ਜਿਹੜਾ ਸ਼ਹਿਰ ਹੈ ਜਲੰਧਰ, ਇਹ ਕਦੀ ਬੀਜੇਪੀ ਔਰ ਕਦੀ ਕਾਂਗਰਸ, ਸ਼ਹਿਰੀ ਬਹੁਤੇ ਜਿਹੜੇ ਹਲਕੇ ਤੁਹਾਡੇ ਪੈਂਦੇ ਆ ਉੱਥੇ ਕਾਂਗਰਸ ਦਾ ਪਲੜਾ ਹਮੇਸ਼ਾ ਭਾਰੀ ਰਿਹਾ, ਮੋਟੇ ਤੌਰ ਤੇ ਦੱਸਣਾ ਚਾਹੋਗੇ ਇਸ ਵੇਲੇ ਜਲੰਧਰ 'ਚ ਕੀ ਪੋਜੀਸ਼ਨ ਹੈ, ਜਲੰਧਰ ਜਾਂ ਲਾਗਲੇ ਇਲਾਕਿਆਂ 'ਚ? ਦੇਖੋ ਜੀ, ਜਿਹੜੀ ਜਲੰਧਰ ਦੇ ਵਿੱਚ ਹੈ ਜਿਹੜਾ ਮੁਕਾਬਲਾ ਹੈ ਇਸ ਵਾਰੀ ਫੇਰ ਅਕਾਲੀ ਜਿਹੜਾ ਭਾਜਪਾ ਤੇ ਕਾਂਗਰਸ ਤੇ ਜਿਹੜੀ ਅਕਾਲੀ ਭਾਜਪਾ ਦਾ ਜਿਹੜਾ ਗੱਠਜੋੜ ਸੀ ਉਹ ਟੁੱਟਣ ਕਰਕੇ ਹੁਣ ਤੀਜਾ ਮੁਕਾਬਲਾ ਜਿਹੜਾ ਉਹਦਾ ਅਕਾਲੀ ਦਲ ਤੇ ਬਸਪਾ ਦੀ ਜਿਹੜੀ ਗੱਠਜੋੜ ਬਣਿਆ ਉਹਦਾ ਵੀ ਆ ਗਿਆ। ਤੇ ਜਿਹੜਾ ਪਿਛਲੀ ਜਿਹੜੀਆਂ ਚੋਣਾਂ ਜਿਹੜੀਆਂ 2017 ਦੀਆਂ ਵਿੱਚ ਜਿਹੜਾ ਮੋਟੇ ਤੌਰ ਤੇ ਮੁਕਾਬਲਾ ਸੀਗਾ ਉਹ 3 ਧਿਰੀ ਸੀਗਾ, ਇਸ ਵਾਰੀ ਜਿਹੜਾ ਮੁਕਾਬਲਾ ਆਇਆ 4 ਧਿਰੀ ਬਣ ਗਿਆ ਮੋਟੇ ਤੌਰ ਤੇ ਜਿਹੜੇ ਆ, ਜਿੱਥੇ ਵੀ ਕਿਉਂਕਿ ਅਕਾਲੀ ਭਾਜਪਾ ਜਿਹੜਾ ਉਹਨੇ ਕੈਪਟਨ ਦੇ ਨਾਲ ਜਿਹੜਾ ਲੋਕਾਂ ਪੰਜਾਬ ਲੋਕ ਕਾਂਗਰਸ ਤੇ ਢੀਂਡਸੇ ਦੀ ਜਿਹੜੀ ਆ ਸੰਯੁਕਤ ਅਕਾਲੀ ਦਲ ਆ ਉਹਦੇ ਨਾਲ ਸਮਝੌਤਾ ਕੀਤਾ ਤੇ ਤਕਰੀਬਨ ਸਾਰੀਆਂ ਸੀਟਾਂ ਦੇ ਉੱਤੇ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਆ ਐਲਾਨ ਦਿੱਤੇ ਦੇ ਆ। ਆਮ ਆਦਮੀ ਪਾਰਟੀ ਜਿਹੜੀ ਆਪਣੀ ਭਾਜਪਾ ਦੀ ਨਵੀਂ ਸੂਚੀ ਆਈ ਆ ਜੀ, ਉਹਦੇ ਵਿੱਚ ਉਹਨਾਂ ਨੇ ਕੈਂਟ ਹਲਕਾ, ਕਰਤਾਰਪੁਰ ਹਲਕਾ ਤੇ ਸ਼ਾਹਕੋਟ ਹਲਕਾ ਜਿਹੜਾ ਉੱਥੋਂ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ ਆ। ਤੇ ਕੈਂਟ ਹਲਕਾ ਕਿਉਂਕਿ ਜ਼ਿਆਦਾ ਹੌਟ ਸੀਟ ਬਣਿਆ ਪਿਛਲੇ ਸਮੇਂ ਦੇ ਵਿੱਚ, ਉੱਥੇ ਜਿਹੜੇ ਆਪਣਾ ਪ੍ਰਗਟ ਸਿੰਘ ਜਿਹੜੇ ਆ ਆਪਣੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਉਹਨਾਂ ਦਾ ਕੱਦ ਵਧਿਆ ਤੇ ਉਹਨਾਂ ਦੀ ਜਿਹੜੀ ਪਹੁੰਚ ਲੋਕਾਂ ਤੱਕ ਜਿਹੜੀ ਆ ਉਹਨਾਂ ਦਾ ਥੋੜੀ ਜਿਹੀ ਹਰਮਨ ਪਿਆਰਤਾ ਵੀ ਵਧੀ। ਪਰ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਜਗਵੀਰ ਬਰਾੜ ਆ ਉਹ ਵੀ ਜਿਹੜੇ ਜ਼ਮੀਨੀ ਪੱਧਰ ਤੇ ਜੁੜੇ ਆਗੂ ਮੰਨੇ ਜਾਂਦੇ ਆ ਕਿਉਂਕਿ ਉਹਨਾਂ ਨੇ 5 ਸਾਲ ਪਹਿਲੇ ਵੀ ਇੱਥੇ ਵਿਧਾਇਕ ਦੇ ਤੌਰ ਤੇ ਅਕਾਲੀ ਦਲ ਦੇ ਵਿਧਾਇਕ ਦੇ ਤੌਰ ਤੇ ਕੰਮ ਕੀਤਾ ਹੋਇਆ ਜੀ। ਪਰ ਜਿਹੜੇ ਸਰਬਜੀਤ ਸਿੰਘ ਮੱਕੜ ਆ ਉਹ ਅਕਾਲੀ ਦਲ ਦੇ ਵਿੱਚੋਂ ਹੀ ਟੁੱਟ ਕੇ ਭਾਜਪਾ ਦੇ ਵਿੱਚ ਆਏ ਨੇ ਤੇ ਭਾਜਪਾ ਵੱਲੋਂ ਉਹਨਾਂ ਨੂੰ ਸੀਟ ਦਿੱਤੀ ਗਈ ਆ ਤੇ ਉਹਦਾ ਜਿਹੜਾ ਨੁਕਸਾਨ ਆ ਉਹਨੂੰ ਅਕਾਲੀ ਦਲ ਨੂੰ ਵੀ ਹੋ ਸਕਦਾ। ਤੀਜਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਐਲਾਨਿਆ ਗਿਆ ਜੀ, ਸੁਰਿੰਦਰ ਸਿੰਘ ਸੋਢੀ ਤੇ ਪ੍ਰਗਟ ਸਿੰਘ ਹੋਰੀ ਜਿਹੜੇ ਆ ਇਹ ਖੇਡ ਦੇ ਮੈਦਾਨ ਦੇ ਵਿੱਚ ਵੀ ਵਿਰੋਧੀ ਰਹੇ ਆ ਤੇ ਹੁਣ ਸਿਆਸੀ ਮੈਦਾਨ ਦੇ ਵਿੱਚ ਵੀ ਇੱਕ ਦੂਜੇ ਦੇ ਵਿਰੋਧੀ ਆ। ਤੇ ਕਿਉਂਕਿ ਜਿਹੜਾ ਜਲੰਧਰ ਹਲਕਾ ਆ ਕੈਂਟ ਦਾ ਹਲਕਾ ਉਹਦੇ ਵਿੱਚ ਖਿਡਾਰੀਆਂ ਦੀ ਗਿਣਤੀ ਜਿਹੜੀ ਆ ਜਿੱਦਾਂ ਸੰਸਾਰਪੁਰ ਹੈ, ਮਿੱਠਾਪੁਰ ਹੈ, ਖੁਸਰੋਪੁਰ ਹੈ, ਉਹ ਖਿਡਾਰੀ ਕਿਉਂਕਿ ਹਾਕੀ ਨਾਲ ਜੁੜਿਆ ਇਲਾਕਾ ਹੈ ਸਾਰਾ, ਇਸ ਕਰਕੇ ਉਹਨਾਂ ਦੇ ਵਿੱਚ ਦੋਨੇ ਜਿਹੜੇ ਖਿਡਾਰੀ ਆ ਓਲੰਪੀਅਨ ਆ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਖਿਡਾਰੀ ਤੇ ਉਹਨਾਂ ਦੇ ਚੇਤੇ ਜਿਹੜੇ ਆ ਕੈਂਟ ਹਲਕੇ ਦੇ ਵਿੱਚ ਵੀ ਕਾਫੀ ਆ, ਇਸ ਕਰਕੇ ਜਿਹੜੀ ਉਹ ਸੀਟ ਹੈ ਇੱਥੇ ਮੁਕਾਬਲਾ ਜਿਹੜਾ ਪੂਰੇ ਕਾਂਟੇ ਦੀ ਟੱਕਰ ਹੋਊਗੀ ਇਸ ਵਾਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਨਾਲ ਬਾਕੀ ਸੀਟਾਂ ਦਾ ਵੀ ਐਨਾਲਿਸਿਸ ਕਰਾਂਗੇ। ਰਜੀਵ, ਸਾਡੇ ਕੋਲ ਸਮੇਂ ਦੀ ਥੋੜ੍ਹੀ ਨਜ਼ਾਕਤ ਹੈ, ਸਾਨੂੰ ਓਵਰਆਲ ਅੰਮ੍ਰਿਤਸਰ ਦੀਆਂ ਬਾਕੀ ਸਾਰੀਆਂ ਸੀਟਾਂ ਦੇ ਬਾਰੇ ਇੱਕ ਮੋਟੇ ਤੌਰ ਤੇ ਝਾਤ ਮਾਰ ਕੇ ਦੱਸੋਗੇ ਕਿ ਕੋਈ ਰੁਝਾਨ ਨਜ਼ਰ ਆ ਰਿਹਾ ਜਾਂ ਹਜੇ ਸਮਾਂ ਲੱਗੇਗਾ ਸਥਿਤੀ ਸਪਸ਼ਟ ਹੋਣ ਨੂੰ? ਜੀ ਦੇਖੋ, ਜਿੱਥੋਂ ਤੱਕ ਹੁਣ ਤੱਕ ਦਾ ਸਵਾਲ ਹੈ, ਕਿਉਂਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਆਮ ਆਦਮੀ ਪਾਰਟੀ ਦਾ ਜਦੋਂ ਜ਼ਿਕਰ ਕਰਦੇ ਤਾਂ ਆਮ ਆਦਮੀ ਪਾਰਟੀ ਨੇ ਪਿਛਲੇ ਕਰੀਬ ਜੇਕਰ ਸਾਲ ਤੋਂ ਵੀ ਮੈਂ ਵੱਧ ਕਵਾਂ ਤਾਂ ਗਲਤ ਨਹੀਂ ਹੋਏਗਾ, ਉਦੋਂ ਤੋਂ ਹੀ ਆਮ ਆਦਮੀ ਪਾਰਟੀ ਸਰਗਰਮ ਹੈ, ਆਪਣਾ ਚੋਣ ਪ੍ਰਚਾਰ ਉਦੋਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ ਵੱਖ ਵੱਖ ਢੰਗਾਂ ਦੇ ਨਾਲ। ਪਰ ਜੇਕਰ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਭਾਵੇਂ ਉਹ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਜਾਂ ਫਿਰ ਬੀਜੇਪੀ, ਕਿਉਂਕਿ ਬੀਜੇਪੀ ਨੂੰ ਤਾਂ ਲਗਾਤਾਰ ਕਿਸਾਨ ਅੰਦੋਲਨ ਕਰਕੇ ਵਿਰੋਧ ਦਾ ਸਾਹਮਣਾ
करना पै रहा है। तो उन्होंने उम्मीदवार भी हूँ ऐलाने जा रहे हैं। कांग्रेस की जिदा मैं जिक्र कर रहा है कि 8 सीटा हले भी कितने ना कितने जो कैप्टन अमरिंदर सिंह नूं बदलिया गया तो उस तो बाद भावें चन्नी मुख्यमंत्री बने पंजाब दे कांग्रेस नूं एक उस वेले जरूर बूस्ट भी मिलिया, उस वेले एक चर्चा का विशा भी जो चरणजीत सिंह चन्नी वह बने। पर इस वेले दे जिहड़े ताज़ा हालात ने पंजाब दे तां इस नूं जेकर जे मैं गलत ना होवां तां जिवें सियासी पार्टियां वल्लों लगातार प्रचार जिहड़ा इस वेले क्योंकि डिजिटल जिहड़ा प्रचार है वह इस वेले बहुत सिखरां ते है। इस बार यह तो नहीं है कि किसी के घर के बाहर झंडे देख के या पोस्टर देख के कोई अंदाजा लगाया जा सके, पर इस बार क्योंकि चोण कमीशन वालों भी हिदायत जारी की गई ने कि किसी तरह का कोई रोड शो या कोई मार्च नहीं किया जाना और ना ही वड्डियां रैलियां इस बार पंजाब दे विच हो रही ने जो कि रवायती जो शुरू तो हुण तक जे तुसीं भी जेकर पंजाब दे विच रह के चीजा देखिया होणगियां काफी बहुत वड्डियां वड्डियां रैलियां होंदियां सी वड्डे जिहड़े आगू ने कौमी पद्धर दे जिहड़े आगू ने भावें अज दा जिहड़ा राहुल गांधी भी भावें पहुंचे सी उहनां वल्लों वर्चुअल रैली की गई। इह एक नवीं चीज़ है पंजाब पंजाब दे विच। और जेकर जिथों तक आम आदमी पार्टी का सवाल है तो दिल्ली दे विच जदों उहनां ने सरकार बनाई सी तां उहनां ने वक्खरे तौर पर क्योंकि उस वेले रवायती पार्टियां वल्लों उदों भी रैलियां कीतियां गईआं पर इहनां ने अन्ना अदारे अंदोलन तो बाद लगातार सोशल मीडिया के दम से अपनी सरकार दो बार दिल्ली दे विच बनाई सी तां उसे दम से पंजाब दे विच आउण दी कोशिश की जा रही है। पर पंजाब की जिहड़ी जनता है पंजाब की जिहड़ी नब्ज़ है वह एक वक्री तरह की है। तो पंजाब के लोग भावे दुनिया भर के वसते हो नौजवान अज भी वड्डे पद्धर से जो है विदेशों के जा रहे हैं और एक वड्डा मुद्दा भी पंजाब दे विच बनिया होया कि नौजवानों बाहर ना जाड़ दिता जाए भावें अकाली दल होवे भावें आम आदमी पार्टी होवे। पर कई पार्टियां यह भी कह रही ने कि जेकर विदेश भेजना भी है तो वास्ते असी खुद वह प्रबंध करांगे। तो यह एक बड़ी हाथोहीणी वाली स्थिति भी पंजाब दे विच बनी हुई है कि विदेशों के भेजने लई पार्टियां खुद आयल्स तक दे सेंटर खुद तक दीआं गल्लां कीतीआं जा रहीआं ने। तो इन चीज़ों लैके नौजवान जिहड़ा किसे ना किसे जो है वह दिमाग दे विच यह भी है कि सियासत शायद बड़ी तेजी दे नाल बदल रही है। बहुत सारे नौजवान इस चीज नूं भी लैके हैरान ने कि इस सियासत नूं आखिरकार सोशल मीडिया दे हिसाब नाल देखिया जाए या वाकई सचमुच दे विच उहनां दा फ्यूचर बदल दिता जाए क्योंकि जेकर असीं पंजाब दे विच ही नौकरियां दा प्रबंध नौजवानां वास्ते नहीं कर सकदे तां इह चीज़ां जिहड़ियां ने क्योंकि पिछली बार भी कैप्टन अमरिंदर सिंह वल्लों घर घर नौकरी दा जिहड़ा लारा लगाया गया सी उस तों बाद ਹੁਣ ਗਰੰਗੀਆਂ ਦਾ ਦੌਰ ਸ਼ੁਰੂ ਹੋਇਆ ਹੈ ਆਮ ਆਦਮੀ ਪਾਰਟੀ ਵੱਲੋਂ ਤਾਂ ਇੱਕ ਬੜੀ ਅਸੀਂ ਕਹਿ ਸਕਦੇ ਕਿ ਕਲੀਅਰ ਕੋਈ ਤਸਵੀਰ ਦੀ ਹੈ। ਪਰ ਇਹ ਹੈ ਕਿ ਜਦੋਂ ਲੋਕਾਂ ਦੇ ਵਿੱਚ ਵਿਚਰੀ ਦਾ ਵੱਖ ਵੱਖ ਤਰ੍ਹਾਂ ਦੇ ਜਿਹੜੇ ਤਰਕ ਨੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਜ਼ਰੂਰ ਸੁਣਨ ਨੂੰ ਮਿਲਦੀਆਂ ਨੇ ਪਰ ਹਾਲੇ ਤੱਕ ਕੁਛ ਵੀ ਕਲੀਅਰ ਸਾਫ਼ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਕਿਹੜੀ ਸਿਆਸੀ ਧਿਰ ਇਸ ਵਾਰ ਕਾਬਜ਼ ਹੋਏਗੀ। ਪਰ ਆਮ ਆਦਮੀ ਪਾਰਟੀ ਦੀਆਂ ਚਰਚਾਵਾਂ ਜੇਕਰ ਅਸੀਂ ਕਹੀਏ ਕਿ ਛੋਟਾ ਜਿਹੜਾ ਤਬਕਾ ਹੈ ਜੋ ਮਜ਼ਦੂਰ ਦੇ ਜਾਂ ਫਿਰ ਰੋਜ਼ ਮਰਾ ਦੀ ਜਿਹੜੀ ਅਸੀਂ ਕਹੀਏ ਵੀ ਜ਼ਿੰਦਗੀ ਜਿਹੜੀ ਜਿਹਨਾਂ ਦੇ ਦਿਹਾੜੀਦਾਰ ਅਸੀਂ ਕਹੀਏ ਉਹਨਾਂ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਲੈ ਕੇ ਬਹੁਤ ਸਾਰੀਆਂ ਇੱਛਾਵਾਂ ਜਿਹੜੀਆਂ ਜ਼ਰੂਰ ਨਜ਼ਰ ਆ ਰਹੀਆਂ ਨੇ। ਪਰ ਜੇਕਰ ਅਸੀਂ ਇਹ ਕਲੀਅਰ ਪਿਕਚਰ ਕਹੀਏ ਤਾਂ ਕਲੀਅਰ ਪਿਕਚਰ ਇਸ ਵੇਲੇ ਕਿਸੇ ਵੀ ਪਾਰਟੀ ਦੀ ਪੰਜਾਬ ਦੇ ਵਿੱਚ ਭਾਵੇਂ ਉਹ ਮਾਝਾ ਹੋਵੇ ਮਾਲਵਾ ਹੋਵੇ ਜਾਂ ਦੁਆਬਾ ਹੋਵੇ ਤਾਂ ਕਿਤੇ ਵੀ ਕਲੀਅਰ ਤਸਵੀਰ ਇਸ ਵੇਲੇ ਨਜ਼ਰ ਨਹੀਂ ਆ। ਬਹੁਤ ਬਹੁਤ ਸ਼ੁਕਰੀਆ ਤੁਸੀਂ ਔਰ ਜਤਿੰਦਰ ਦੋਨੋਂ ਤੁਸੀਂ ਗਰਾਊਂਡ ਨਾਲ ਜੁੜੇ ਹੋਏ ਵਿਅਕਤੀ ਹੋ ਤੁਸੀਂ ਲੋਕਾਂ 'ਚ ਵਿਚਰਦੇ ਹੋ ਜਦੋਂ ਵੀ ਮੀਡੀਆ 'ਚ ਕੰਮ ਕਰੀਦਾ ਅਤੇ ਲੋਕਾਂ ਦੀ ਨਬਜ਼ ਪਛਾਣਨਾ ਮੀਡੀਆਕਾਰ ਲਈ ਸਭ ਤੋਂ ਸੌਖਾ ਹੁੰਦਾ ਹੈ। ਏਜੰਸੀਆਂ ਕਈ ਵਾਰੀ ਗਲਤ ਹੋ ਜਾਂਦੀਆਂ ਉਹ ਕੋਈ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਕੁਝ ਨਾ ਕੁਝ ਹੋਰ ਰਿਪੋਰਟ ਪੇਸ਼ ਕਰ ਸਕਦੀਆਂ ਪਰ ਜ਼ਮੀਨ ਨਾਲ ਜੁੜੇ ਹੋਏ ਲੋਕ ਹਮੇਸ਼ਾ ਸਮਝਦੇ ਆ ਕਿ ਸੱਚਾਈ ਕੀ ਹੈ। ਔਰ ਇਸ ਵਾਰ ਪੰਜਾਬ ਦੇ ਇਲੈਕਸ਼ਨ ਵੈਸੇ ਵੀ ਦੋ ਗੱਲਾਂ ਕਰਕੇ ਬਹੁਤ ਹੀ ਜ਼ਿਆਦਾ ਅਸੀਂ ਵੀ ਇੱਥੇ ਵਾਚ ਕਰ ਰਹੇ ਹਾਂ ਡੇਲੀ ਕਿ ਵੱਖਰੇ ਨੇ ਇੱਕ ਤਾਂ ਜਿਹੜਾ ਕੋਵਿਡ ਕਰਕੇ ਤੁਸੀਂ ਦੱਸ ਰਹੇ ਹੋ ਕਿ ਵੱਡੀਆਂ ਵੱਡੀਆਂ ਰੈਲੀਆਂ ਨਹੀਂ ਹੋ ਰਹੀਆਂ ਇਕੱਠਾਂ ਤੋਂ ਕੋਈ ਹਿਸਾਬ ਨਹੀਂ ਲੱਗੇਗਾ ਵਰਚੁਅਲ ਰੈਲੀਆਂ ਤੋਂ ਸਮਝ ਨਹੀਂ ਆਉਂਦੀ ਕਿ ਅਸਲੀਅਤ ਹੈ ਕੀ। ਦੂਜਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਪੰਜ ਧਿਰਾਂ ਵੀ ਐਤਕੀ ਕਈ ਸੀਟਾਂ 'ਤੇ ਦੇਖਣ ਨੂੰ ਮਿਲਣਗੀਆਂ। ਆਮ ਤੌਰ 'ਤੇ ਮੁਕਾਬਲਾ ਅਕਾਲੀ ਬੀਜੇਪੀ ਔਰ ਕਾਂਗਰਸ ਕਾਂਗਰਸ ਅਕਾਲੀ ਬੀਜੇਪੀ ਇਹੀ ਦੇਖਦੇ ਆਏ ਹਾਂ ਪਰ ਪਹਿਲੀ ਵਾਰ ਹੈ ਕਿ ਇੰਨੀਆਂ ਧਿਰਾਂ ਇਕੱਠੀਆਂ ਹੋ ਗਈਆਂ ਕਿ ਬਹੁਤ ਸਾਰੀਆਂ ਸੀਟਾਂ 'ਤੇ ਇਹ ਵੀ ਕਨਫਿਊਜ਼ਨ ਹੈ। ਔਰ ਜੇ ਜਿੱਤ ਹਾਰ ਦਾ ਫੈਸਲਾ ਵੀ ਹੋਏਗਾ
ਤੇ ਲੱਗਦਾ ਹੈ ਕਿ ਬੜੀਆਂ ਲਿਮਿਟਡ ਬੜੀਆਂ ਥੋੜੀਆਂ ਵੋਟਾਂ ਤੇ ਹੋਣਾ ਹੈ, ਇਸ ਕਰਕੇ ਪ੍ਰੈਡਿਕਟ ਕਰਨਾ ਕੋਈ ਠੀਕ ਨਹੀਂ ਹੋਏਗਾ। ਪਰ ਫਿਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਗੱਲ ਕਰਾਂਗੇ ਰਾਜੀਵ ਔਰ ਜਤਿੰਦਰ ਜੀ, ਤੁਹਾਡੇ ਨਾਲ ਵੀ ਦੁਬਾਰਾ ਗੱਲ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕੁਛ ਇੱਕ ਹਫ਼ਤੇ ਦੇ ਡੇਢ ਹਫ਼ਤੇ ਦੋ ਹਫ਼ਤੇ ਬਾਅਦ ਕਿ ਹੁਣ ਸਿਚੁਏਸ਼ਨ ਕਿੱਥੇ ਹੈ। ਪਰ ਫਿਲਹਾਲ ਤੁਹਾਡਾ ਬਹੁਤ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਤੁਸੀਂ ਅੱਛੀ ਜਾਣਕਾਰੀ ਦਿੱਤੀ ਹੈ, ਤੋ ਥੈਂਕ ਯੂ ਸੋ ਮਚ। ਧੰਨਵਾਦ ਜੀ, ਥੈਂਕ ਯੂ ਜੀ ਦੋਨਾਂ ਦਾ, ਥੈਂਕ ਯੂ ਸੋ ਮਚ। ਤੋ ਲਓ ਜੀ, ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਹੇਠਲਾ ਵਰਗ ਹੈ ਉਹ ਇਸ ਵਾਰ ਜਿਹੜਾ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਝੁਕਦਾ ਹੋਇਆ ਨਜ਼ਰ ਆ ਰਿਹਾ। ਤਾਂ ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਆਮ ਤੌਰ 'ਤੇ ਵੋਟਾਂ ਪਾਉਣ ਵੀ ਇਹੀ ਲੋਕ ਜਾਂਦੇ ਹੈ, ਜਿਹੜੇ ਲੋਕ ਡਰਾਇੰਗ ਰੂਮ ਪੋਲੀਟਿਕਸ ਕਰਨ ਵਾਲੇ ਹੈ, ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬਹਿ ਕੇ ਚਰਚਾਵਾਂ ਕਰਨ ਵਾਲੇ ਹੈ, ਉਹ ਲੋਕ ਵੋਟਾਂ ਪਾਉਣ ਵੇਲੇ ਫਿਰ ਵੋਟਾਂ ਪਾਉਣ ਨਹੀਂ ਜਾਂਦੇ। ਤੋ ਵੋਟਾਂ ਪਾਉਣ ਲਈ ਜਾਂਦੇ ਆ ਉਹ ਲੋਕ ਜਿਹੜੇ ਇਸ ਤਰ੍ਹਾਂ ਦੀ ਹੀ ਸੋਚ ਵਾਲੇ ਲੋਕ ਹੈ। ਇਸੇ ਕਰਕੇ ਸ਼ਾਇਦ ਦਿੱਲੀ 'ਚ ਵੀ ਜੇ BJP ਆਪਣੇ ਆਮ ਆਦਮੀ ਪਾਰਟੀ ਨੂੰ ਇਹਨਾਂ ਦਾ ਜਦੋਂ ਸਮਰਥਨ ਮਿਲਿਆ ਝਾੜੂ ਨੂੰ, ਅਤੇ ਕਮਾਲ ਕਰ ਦਿੱਤੀ ਆਮ ਆਦਮੀ ਪਾਰਟੀ ਨੇ, ਕਿਉਂਕਿ ਜਿਹੜੇ ਗਰਾਊਂਡ ਲੈਵਲ ਦੇ ਲੋਕ ਹੈ, ਗ੍ਰਾਸਰੂਟ ਲੈਵਲ ਦੇ ਲੋਕ ਹੈ, ਉਹਨਾਂ ਤੱਕ ਪਹੁੰਚ ਗਈ ਸੀ ਆਮ ਆਦਮੀ ਪਾਰਟੀ। ਅਤੇ ਉੱਥੇ ਵੀ ਜਿਹੜੇ ਅਖਬਾਰਾਂ ਪੜ੍ਹ ਕੇ TV ਦੇਖ ਕੇ ਵਿਚਾਰ ਚਰਚਾਵਾਂ ਕਰਨ ਵਾਲੇ ਲੋਕ ਹੈ, ਉਹ ਕਈ ਵਾਰੀ ਵੋਟ ਹੀ ਨਹੀਂ ਪਾਉਣ ਜਾਂਦੇ। ਤੋ ਦੇਖਣਾ ਹੋਏਗਾ ਕਿ ਇਹਦਾ ਕਿੰਨਾ ਕੁ ਫਾਇਦਾ ਆਮ ਆਦਮੀ ਪਾਰਟੀ ਨੂੰ ਹੁੰਦਾ। ਅਤੇ ਪਿੰਡਾਂ ਦੇ ਪਿੰਡ ਜਿੱਥੇ ਅੱਜ ਕੱਲ੍ਹ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਖੜ੍ਹੇ ਹੈ, ਕੀ ਉਹ ਜਦੋਂ ਬਹੁਤ ਵੱਡਾ ਜੋਸ਼ ਸੀ ਉਹਨਾਂ ਦੇ ਵਿੱਚ ਅੰਦੋਲਨ ਵੇਲੇ, ਅਜੇ ਜੋਸ਼ ਬਰਕਰਾਰ ਹੈ, ਕਿ ਓਨੇ ਹੀ ਇਕੱਠ ਹੋ ਰਹੇ ਆ, ਕਿ ਓਨੇ ਵੱਡੇ ਪੱਧਰ 'ਤੇ ਉਹ ਵੋਟਾਂ ਪਾਉਣਗੇ ਵੀ, ਆਪਣੇ ਉਮੀਦਵਾਰ ਜਿਤਾਉਣਗੇ, ਇਹ ਵੀ ਬੜਾ ਵੱਡਾ ਸਵਾਲ ਹੈ। ਤੋ ਜੁੜੇ ਹੋਏ ਹੋ ਤੁਸੀਂ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ।